ਜਿਉਂ ਜਿਉਂ ਉਚਾਈ ਨੂੰ ਵਧੀ ਜਾਂਦੇ ਹਾਂ ਜਿਹੜੇ ਬੱਦਲ ਆ ਉਹ ਥੱਲੇ ਥੱਲੇ ਹੋਈ ਜਾਂਦੇ, ਬੱਦਲਾਂ ਤੋਂ ਵੀ ਉੱਪਰ ਉਚਾਈ 'ਤੇ ਆਪਾਂ ਆ ਗਏ ਹਾਂ। ਹੋ ਜੀ, ਅਸੀਂ ਪਹੁੰਚਣ ਵਾਲੇ ਹਾਂ ਹੇਮਕੁੰਟ ਸਾਹਿਬ ਉੱਪਰ। ਜਦੋਂ ਆਪਾਂ ਪੁਲੀ ਦੇ ਕੋਲ ਪਹੁੰਚ ਜਾਂਦੇ ਹਾਂ ਉਦੋਂ ਬਸ ਥੋੜ੍ਹਾ ਜਿਹਾ ਰਾਹ ਰਹਿ ਜਾਂਦਾ ਵਾ, ਅੱਧੇ ਕੁ ਘੰਟੇ ਦਾ ਹੀ। ਇੱਕ ਗੱਲ ਹੋਰ, ਆਹ ਜਿਹੜਾ ਰਾਹ ਜਾਂਦਾ ਵਾ ਪੌੜੀਆਂ ਰਾਹੀਂ ਵੀ ਜਾਂਦਾ, ਪਰ ਇਹਦੇ ਨਾਲ ਅੱਧਾ ਕੁ ਕਿਲੋਮੀਟਰ ਦਾ ਫਰਕ ਪੈ ਜਾਂਦਾ ਨਾਲੇ ਟਾਈਮ ਵੀ। ਪਰ ਇਹ ਚੜ੍ਹਨੀਆਂ ਬਹੁਤ ਜ਼ਿਆਦਾ ਔਖੀਆਂ, ਜੇ ਸਟੈਮੀਨਰ ਹੈਗਾ ਬੋਡੀ 'ਚ ਫਿਰ ਤੁਸੀਂ ਚੜ੍ਹ ਸਕਦੇ ਹੋ। ਪਰ ਸੁਣਨ 'ਚ ਆ ਰਿਹਾ ਵਾ ਕਿ ਇੱਥੇ ਆਉਣ 'ਤੇ ਵੀ ਸੰਗਤ ਵਾਸਤੇ ਜਿਹੜੀ ਸਹੂਲਤਾਂ ਹੈਲੀਕਾਪਟਰ ਦੀ ਸ਼ੁਰੂ ਕਰ ਦੇਣੀਆਂ ਨੇ, ਤਿਆਰੀਆਂ ਕਰ। 10 ਅਕਤੂਬਰ ਨੂੰ ਕਪਾਟ ਬੰਦ ਹੋ ਜਾਣੇ ਨੇ, ਬਾਬਾ ਜੀ ਲੋਸਮੈਂਟ ਕਰਕੇ ਕਹਿ ਰਹੇ ਨੇ। ਇੱਕ ਕੁਆਂਟਲ 35 ਕਿਲੋ ਵਜਨ ਆ ਖੱਚਰ ਦੇ। ਹਾਂਜੀ, ਸਤਿ ਸ੍ਰੀ ਅਕਾਲ ਮੇਰੇ ਮਿੱਤਰੋ, ਆਹ ਨੇ ਗਗਨਦੀਪ ਬਾਈ ਜੀ, ਅਤੇ ਸਮਾਂ ਇਸ ਵੇਲੇ ਹੋ ਚੁੱਕਾ ਤਕਰੀਬਨ 4:15 ਦਾ, ਅਤੇ ਤਕਰੀਬਨ ਸਾਰੀਆਂ ਸੰਗਤਾਂ ਉੱਠ ਚੁੱਕੀਆਂ ਵਾਂ। ਸਾਡੀ ਤਕਰੀਬਨ ਆਲਮੋਸਟ ਤਿਆਰੀ ਡਨ ਹੋ ਚੁੱਕੀ ਆ, ਬਸ ਹੋਰ ਬਾਈ ਦਾ ਵੀ ਦਸਤਾਰ ਆਲਮੋਸਟ ਰੈਡੀ ਆ, ਬਸ ਇੱਕ ਆਖਰੀ ਲੜ ਰਹਿੰਦਾ, ਬਸ ਇਸ ਤੋਂ ਬਾਅਦ ਤੁਰਨ ਦੀ ਤਿਆਰੀ ਆ। ਕਰਦੇ ਹਾਂ ਅਪਡੇਟ ਅਗਲੇ ਸਟੈਪ 'ਤੇ। ਲਓ ਜੀ, ਲੰਗਰ ਪਾਣੀ ਅਸੀਂ ਛੱਕ ਲਿਆ ਵਾ, ਇੱਕ ਇੱਕ ਪ੍ਰਸ਼ਾਦਾ ਦੇ ਨਾਲ ਚਾਹ। ਟਾਈਮ ਇਸ ਟਾਈਮ ਹੋ ਗਿਆ 5:45 ਵੱਜ ਗਏ ਨੇ ਅੰਮ੍ਰਿਤ ਵੇਲੇ ਦੇ, ਅਤੇ ਅਰਦਾਸ ਹੋ ਰਹੀ ਆ ਅਤੇ ਪੰਜਾਂ ਬਾਣੀਆਂ ਦਾ ਪਾਠ ਸਮਾਪਤੀ ਹੋ ਗਈ ਆ। ਸੰਗਤਾਂ ਆਪਣੇ ਨਾਲ ਜਿਹੜੀਆਂ ਨੇ ਸਾਰੀਆਂ ਤਿਆਰ ਹੋ ਗਈਆਂ। ਪੌਣੇ 5 ਹੋ ਗਏ ਨੇ, ਸੰਗਤਾਂ ਤਿਆਰ ਹੋ ਗਈਆਂ। ਚਲੋ ਭਾਈ ਤੁਰੇ ਚਲੋ ਸਾਰੇ, ਹੁਣ ਹੌਲੀ ਹੌਲੀ। ਲਓ ਜੀ, ਆਪਾਂ ਗੋਬਿੰਦ ਧਾਮ ਤੋਂ ਤੁਰ ਚੁੱਕੇ ਹਾਂ, ਸਵੇਰ ਦੇ 5:45 ਹੋ ਚੁੱਕੇ ਆ, ਅਤੇ ਜਾਣ ਦੀਆਂ ਤਿਆਰੀਆਂ ਹੁਣ। ਹੌਲੀ ਹੌਲੀ ਸਟੈਪ ਲੈ ਚੜ੍ਹ ਜਾਣਾ ਆਪਾਂ, ਤਾਂ ਕਿ ਆਪਾਂ ਜਿਹੜੀ ਪਹਿਲੀ ਅਰਦਾਸ ਹੈ 9:30 ਦੀ, ਆਪਾਂ ਉਹ 'ਚ ਸ਼ਾਮਿਲ ਹੋ ਜਾਈਏ। ਹਾਲੇ ਮਾੜੇ ਹੀ ਕਦਮ ਪੁੱਟੇ ਹਾਂ, ਸਾਹ ਸਾਹ ਚੜ੍ਹ ਗਏ ਫਿਰ ਵੀ। ਵਾਹਿਗੁਰੂ। ਲਓ ਜੀ ਸੰਗਤ ਜੀ, ਟਾਈਮ ਹੋ ਗਏ ਨੇ 6:15 ਹੋ ਗਏ ਆ, ਸਵੇਰੇ 5 ਤੁਰੇ ਹਾਂ, ਅਤੇ 2.5 ਕਿਲੋਮੀਟਰ ਅਸੀਂ ਕੱਢ ਲਿਆ, ਅਤੇ ਬਿਲਕੁਲ ਸਿੱਧੀਆਂ ਚੜ੍ਹਾਈਆਂ ਉੱਪਰ ਨੂੰ ਜਾ ਰਹੀਆਂ ਨੇ। ਜਿਉਂ ਜਿਉਂ ਵਧੀ ਜਾਂਦੇ ਆ ਬੱਦਲ ਵੀ, ਨੇੜੇ ਨੇੜੇ ਪਹਾੜਾਂ 'ਚ ਆਈ ਜਾਂਦੇ ਆ। ਬਾਕੀ ਇੰਨੀ ਕਿਰਪਾ ਮਹਾਰਾਜ ਦੀ, ਕਿਤੇ ਆਪਾਂ ਸਟੋਪ ਨਹੀਂ ਲਿਆ, ਹੌਲੀ ਹੌਲੀ ਕਰਕੇ ਤੁਰੀ ਜਾ ਰਹੇ ਹਾਂ, ਅਤੇ ਓਸ ਵੀ ਪੈ ਰਹੀ ਆ ਪੂਰੀ। ਹਾਂਜੀ ਭਾਅ ਜੀ, ਕਿੱਦਾਂ ਠੀਕ ਠਾਕ? ਬਹੁਤ ਚੜ੍ਹਦੀ ਕਲਾ ਸਤਿਗੁਰ ਦੀ, ਚੜ੍ਹੀ ਜਾਂਦੇ ਆ। ਬਸ ਠੀਕ ਆ ਠੀਕ ਆ। ਇੱਕ ਗੱਲ ਹੋਰ ਦੱਸਦੇ ਹਾਂ, ਜਦੋਂ ਆਪਾਂ ਗੋਬਿੰਦ ਧਾਮ ਨੂੰ ਉੱਤੇ ਜਾਂਦੇ ਹਾਂ ਤਾਂ ਖੱਚਰਾਂ ਦਾ ਉਹੀ ਰੇਟ ਆ ਜਿਹੜਾ ਥੱਲੋਂ ਘਾਟ ਤੋਂ ਆਪਾਂ ਲੈਂਦੇ ਹਾਂ, 1800-1900 ਰੁਪਏ 'ਚ ਕਰਦੇ ਹਾਂ, ਅਤੇ ਬਾਕੀ ਮਾੜਾ ਮੋਟਾ ਘਟਾ ਦਿੰਦਾ, 1500-1500 'ਚ ਆ ਸਕਦੇ ਨੇ, ਰੇਟ ਸਾਰਾ ਉਹੀ ਆ ਜਿਹੜਾ ਆਪਾਂ ਨੂੰ ਗੋਬਿੰਦ। ਬਾਕੀ ਜਿਉਂ ਜਿਉਂ ਆਪਾਂ ਉੱਤੇ ਚੜ੍ਹੀ ਜਾਵਾਂਗੇ 1-2 ਕਿਲੋਮੀਟਰ ਫਿਰ ਉਹ ਰੇਟ ਘੱਟ ਵੀ ਜਾਂਦਾ। ਦੇਖੋ ਕੁਦਰਤ ਦਾ ਨਜ਼ਾਰਾ, ਬੱਦਲ ਆ ਗਏ ਥੱਲੇ, ਪਹਾੜ ਆਪਾਂ ਉੱਤੇ ਉੱਤੇ ਜਾਈ ਜਾਂਦੇ ਹਾਂ। 18,000 ਦੀ ਫੁੱਟ 'ਤੇ ਆਪ ਉਚਾਈ 'ਤੇ ਜਾਣਾ ਹੇਮਕੁੰਟ ਸਾਹਿਬ ਆਪਾਂ, ਅਤੇ ਆਕਸੀਜਨ ਵੀ ਥੋੜ੍ਹੀ ਥੋੜ੍ਹੀ ਉੱਪਰ ਜਾ ਕੇ ਘੱਟਣੀ ਸ਼ੁਰੂ ਹੋ ਜਾਂਦੀ ਹੈ। ਬਾਕੀ ਸਟੋਪ ਜਿੰਨਾ ਹੋ ਸਕੇ ਘੱਟ ਲਓ, ਵੱਧੋ ਵੱਧ 1 ਮਿੰਟ ਦਾ, ਅਤੇ ਆਪਾਂ ਜ਼ਿਆਦਾ ਦੇਰ ਬਹਿ ਜਾਂਦੇ ਹਾਂ ਸਰੀਰ ਆਪਣਾ ਠੰਡਾ ਹੋ ਜਾਂਦਾ, ਫਿਰ ਦੁਬਾਰਾ ਤੁਰਨ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ। ਵਾਹਿਗੁਰੂ। ਸੰਗਤਾਂ ਵੀ ਅੰਮ੍ਰਿਤ ਵੇਲੇ ਕਾਫੀ ਟਾਈਮ ਦੀਆਂ ਤੁਰ ਪੈਂਦੀਆਂ ਨੇ, ਪੂਰੇ 4 ਵਜੇ ਨੂੰ, ਅਤੇ ਜਿਸ ਹਿਸਾਬ ਨਾਲ ਆਪਾਂ ਜਾ ਰਹੇ ਹਾਂ ਅਸੀਂ, ਅਤੇ ਉਮੀਦ ਹੈਗੀ ਹੈ ਕਿ ਆਪਾਂ 8 ਵਜੇ ਪਹੁੰਚ ਜਾਂਗੇ ਉੱਤੇ, ਪਹਿਲੀ ਅਰਦਾਸ 'ਚ ਸ਼ਾਮਿਲ ਹੋ ਜਾਵਾਂਗੇ। ਕਿਰਪਾ ਕਰੇ ਵਾਹਿਗੁਰੂ। ਦੇਖੋ ਮਹਾਰਾਜ, ਦੇਖੋ ਵਾਹਿਗੁਰੂ ਜੀ, ਪਹਾੜਾਂ ਬੱਦਲਾਂ ਤੋਂ ਵੀ ਉੱਤੇ ਵਸੇ ਪਹਾੜ,
ਉਹ ਜਾਣਾ ਆਪਾਂ ਉੱਪਰ ਪਹਾੜਾਂ ਤੇ ਉੱਥੇ ਹੈਗਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੇ ਐਨ ਪੂਰਾ ਅਸਮਾਨ ਕਲੀਅਰ ਹੈ। ਇੱਕ ਗੱਲ ਹੋਰ ਜਦੋਂ ਆਪਾਂ ਚੜ੍ਹਾਈ ਚੜ੍ਹਦੇ ਹਾਂ ਨਾ ਆਪਣੇ ਸਰੀਰ ਹੋ ਜਾਂਦੇ ਨੇ ਗਰਮ ਪੂਰੇ ਤੇ ਕਈਆਂ ਨੂੰ ਮੈਂ ਦੇਖ ਰਿਹਾ ਕਿ ਉਹ ਜੈਕਟਾਂ ਜੁਕਟਾਂ ਲਾ ਕੇ ਜਦੋਂ ਪਸੀਨਾ ਆਉਣ ਲੱਗ ਜਾਂਦਾ ਉਹ ਜੈਕਟਾਂ ਲਾ ਦਿੰਦੇ ਨੇ। ਉਹ ਜਿਹੜੀ ਚੀਜ਼ ਠੀਕ ਨਹੀਂ ਕਿਉਂਕਿ ਜਦੋਂ ਆਪਣਾ ਸਰੀਰ ਗਰਮ ਹੋ ਜਾਂਦਾ ਪੂਰਾ ਤੇ ਪਸੀਨਾ ਆਉਣ ਲੱਗ ਜਾਂਦਾ ਪਸੀਨੇ ਆਉਣ ਨਾਲ ਜੈਕਟਾਂ ਲਾਉਣ ਲੱਗ ਜਾਂਦੇ ਨੇ ਫਿਰ ਟੀ ਸ਼ਰਟਾਂ ਦੀ ਜਾਣ ਲੱਗ ਜਾਂਦੇ ਨੇ ਪਰ ਉਹ ਜਦੋਂ ਪਰ ਉਹ ਨਾ ਚੀਜ਼ ਖਰਾਬ ਕਰਦੀ ਹੈ ਸਰੀਰ ਨੂੰ ਕਿਉਂਕਿ ਸਰੀਰ ਫਿਰ ਗਰਮ ਹੋ ਜਾਂਦਾ ਉਹ ਠੰਡੀ ਹਵਾ ਪੈਂਦੀ ਹੈ ਸਰੀਰ ਨੂੰ ਫਿਰ ਬੁਖਾਰ ਹੋ ਜਾਂਦਾ ਜਦੋਂ ਥੱਲੇ ਨੂੰ ਜਾਂਦੇ ਹਾਂ। ਉੱਪਰ ਜਾ ਕੇ ਵੀ ਆਪਾਂ ਠੰਡੇ ਸਰੋਵਰ 'ਚ ਇਸ਼ਨਾਨ ਕਰਨਾ ਹੁੰਦਾ ਵਾ ਅਤੇ ਸਗੋਂ ਇਹ ਚੀਜ਼ ਠੀਕ ਆ ਕਿ ਪਸੀਨਾ ਆਉਂਦਾ ਵਾ ਠੀਕ ਆ ਪਰ ਜੈਕਟਾਂ ਲਾ ਕੇ ਨਾ ਤੁਰੋ ਉਹ ਨਾ ਫਿਰ ਬੁਖਾਰ ਬਖੂਰ ਚੜ੍ਹ ਜਾਂਦਾ ਵਾ। ਹਾਂ ਬਾਈ ਕਿੱਦਾਂ ਜੀ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ। ਬੱਦਲ ਆ ਗਏ ਆਪਣੇ ਬਰਾਬਰ ਜੀ ਦੇਖੋ ਆਪਾਂ ਇਸ ਟਾਈਮ ਬੱਦਲਾਂ ਦੇ ਵਿੱਚ ਅਤੇ ਐਨ ਪੂਰੀ ਸਮੋਕ ਹੀ ਸਮੋਕ ਹੋਈ ਪਈ ਆ ਹੁਣ ਜਿਉਂ ਜਿਉਂ ਉੱਤੇ ਜਾ ਰਹੇ ਹਾਂ ਸਾਹ 'ਚ ਥੋੜ੍ਹਾ ਸਾਹ ਸਾਹ 'ਚ ਥੋੜ੍ਹੀ ਪ੍ਰੋਬਲਮ ਹੋਈ ਜਾਂਦੀ ਆ ਬਟ ਕੋਈ ਨਹੀਂ ਗੁਰੂਗੋਣ ਵੀ ਕਾਫੀ ਫਾਇਦੇਮੰਦ ਹੁੰਦਾ ਇੱਥੇ ਜਗ੍ਹਾ 'ਚ। ਆਪਾਂ ਉੱਤੇ ਜਾਈ ਜਾਂਦੇ ਹਾਂ ਨਾ ਜੰਗਲ ਘਟਣ ਲੱਗ ਜਾਂਦਾ ਵਾ ਥੱਲੇ ਥੱਲੇ ਕਾਫੀ ਦਰਖਤ ਹੁੰਦੇ ਨੇ ਜ਼ਹਿਰੀਲੇ ਵੱਡੇ ਵੱਡੇ ਅਤੇ ਉੱਪਰ ਆ ਕੇ ਆ ਵਾ ਛੋਟੀਆਂ ਛੋਟੀਆਂ ਬੂਟੀਆਂ ਜਿਹੀਆਂ ਰਹਿ ਜਾਂਦੀਆਂ ਨੇ ਪਰ ਇਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਕਿ ਇੱਕ ਸ਼ੋਟ ਕੱਟ ਨਾ ਲਿਆ ਕਰੋ ਜਦੋਂ ਆਪਾਂ ਉੱਪਰ ਚੜ੍ਹਾਈ ਚੜ੍ਹਦੇ ਹਾਂ ਕਿਉਂਕਿ ਜੇ ਕਿਸੇ ਜੜੀ ਬੂਟੀ ਨੂੰ ਹੱਥ ਹੁੱਥ ਲੱਗ ਗਿਆ ਜਾਂ ਕੋਈ ਕੀੜਾ ਪਤੰਗਾ ਹੁੰਦਾ ਵਾ ਬੈਠਾ ਚੜ੍ਹ ਗਿਆ ਉੱਤੇ ਜਾਂ ਗਰਦਨ ਗੁਰਦਨ ਦੇ ਬਾਹਾਂ ਹੱਥਾਂ ਲੱਤਾਂ ਦੇ ਉਹ ਫਿਰ ਪ੍ਰੋਬਲਮ ਹੋ ਜਾਂਦੀ ਇਨਫੈਕਸ਼ਨ ਹੋ ਜਾਂਦੀਆਂ ਨੇ। ਇੱਥੇ ਆ ਕੇ ਬਸ ਆ ਛੋਟੀਆਂ ਛੋਟੀ ਬੂਟੀਆਂ ਜਿਹੀਆਂ ਰਹਿ ਜਾਂਦੀਆਂ ਨੇ ਆਹ ਦੇਖੋ ਐਂ ਲੱਗਦਾ ਜਿਵੇਂ ਪਾਲਕ ਹੁੰਦੀ ਆ। ਉਹ ਜੀ ਆਪਾਂ ਇੱਕ ਕੁਰਕਰਿਆਂ ਦਾ ਪੈਕਟ ਲੈ ਲੈਂਦੇ ਹਾਂ ਕਿੰਨੇ ਦਾ ਵਾ ਕੁਰਕਰਿਆ ਪੈਕਟ ਦੇਖੋ 10 ਰੁਪਏ ਦੀ ਦੋ ਗੁਣਾ ਚੀਜ਼ ਹੋ ਗਈ 20 ਰੁਪਏ ਦੀ ਅਤੇ ਫੜੀ ਇਹਦੇ ਇੱਕ ਨਾ ਇਹ ਚ ਪੂਰੀ ਗੈਸ ਜ਼ਿਆਦਾ ਭਰਦੇ ਨੇ ਇਹ ਕੁਰਕਰੇ ਉਹ ਨਹੀਂ ਹੈਗੇ ਹਾਂ ਜਿਹੜੇ ਕੁਰਕਰੇ ਇਹ ਸਪੈਸ਼ਲੀ ਬਣ ਕੇ ਆਉਂਦੇ ਨੇ ਉੱਪਰ ਵਾਸਤੇ ਹਨਾ ਬਾਈ ਜੀ ਇਹ ਹੋਰ ਕੁਰਕਰੇ ਆ ਹਾਂ ਉਹ ਜੀ ਅਸੀਂ ਉਹ ਦੇਖੋ ਗੋਬਿੰਦ ਧਾਮ ਇੱਥੋਂ ਦਿਖਦਾ ਪੂਰਾ ਉਹ ਵਸਿਆ ਗੋਬਿੰਦ ਧਾਮ ਪੂਰੀ ਮਾਰਕੀਟ ਅਤੇ ਇਧਰਲੀ ਸਾਈਡ ਗੁਰਦੁਆਰਾ ਰਹਿ ਜਾਂਦਾ ਵਾ ਅਤੇ ਅਸੀਂ ਕਿੰਨੀ ਹਾਈਟ 'ਚ ਆ ਗਏ ਅਤੇ ਬੱਦਲ ਵੀ ਥੱਲੇ ਤੱਕ ਰਹਿ ਗਏ ਨੇ ਪੂਰੇ ਹੁਣ ਆਪਾਂ ਬੱਦਲਾਂ ਦੇ ਉੱਤੇ ਉੱਤੇ ਜਾ ਰਹੇ ਹਾਂ। ਉਹਦਾ ਅੱਜ ਬਰਥਡੇ ਆ ਅਤੇ ਦੇਖੋ ਕਿੰਨਾ ਕਰਮ ਵਾਲਾ ਅੱਜ ਹੀ ਉੱਪਰ ਮੱਥਾ ਟੇਕਣ ਜਾ ਰਿਹਾ ਵਾ ਕਿੰਨੇ 4000 ਦਿਖਾ ਰਿਹਾ ਆਹ ਦਿਖਾ ਲਓ ਜੀ ਆਪਾਂ 5500 ਸਟੈਪ ਆ ਗਏ ਅਤੇ ਫਲੋਰ ਕਿੰਨਾ 3.83 ਫਲੋਰ ਹੋ ਗਏ ਨਹੀਂ ਐਕਟਿਵ ਐਨਰਜੀ ਆਪਣੀ ਆ ਰੈਸਟਿੰਗ ਵੀ ਆ ਸਾਰਾ ਕੁਛ ਹੀ ਦਿਖਾਉਂਦਾ 70ਵੇਂ ਫਲੋਰ ਤੇ ਆਪਾਂ 70ਵੇਂ ਫਲੋਰ ਤੇ ਹਾਂ ਸਹੀ ਆ ਸਾਰੀ ਰਲਦੇ ਗਿਆਨੀ ਦੇ ਭਰਾਵਾ ਦੇਖੋ ਜੀ ਖੱਚਰ ਦਾ ਬਹੁਤ ਬੁਰਾ ਹਾਲ ਆ ਨਾਲ ਲੱਗੀ ਪਈ ਉਹਦੇ ਖੱਚਰ ਔਖੀ ਕੀਤੀ ਪਈ ਆ ਵੀਰ ਨੇ ਫੋਨ ਵੀ ਐਨ ਠੰਡੇ ਹੋ ਗਏ ਪੂਰੇ ਬੋਲੇ ਸੋ ਨਿਹਾਲ ਜਿਉਂ ਜਿਉਂ ਉਚਾਈ ਨੂੰ ਵਧੀ ਜਾਂਦੇ ਆ ਜਿਹੜੇ ਬੱਦਲ ਆ ਉਹ ਥੱਲੇ ਥੱਲੇ ਹੋਈ ਜਾਂਦੇ ਬੱਦਲਾਂ ਤੋਂ ਵੀ ਉੱਪਰ ਉਚਾਈ 'ਤੇ ਆਪਾਂ ਆ ਗਏ ਹਾਂ ਦੇਖੋ ਤੁਸੀਂ ਉਹ ਦੇਖੋ ਥੱਲੇ ਬੱਦਲ ਆਪਾਂ ਬੱਦਲਾਂ ਤੋਂ ਵੀ ਉੱਤੇ 4 ਕਿਲੋਮੀਟਰ ਆਪਾਂ ਜਿਹੜਾ ਵਾ ਸਫ਼ਰ ਕਰ ਲਿਆ ਕੰਪਲੀਟ ਹੋ ਜੀ ਅਸੀਂ ਪਹੁੰਚਣ ਵਾਲੇ ਹਾਂ ਹੇਮਕੁੰਟ ਸਾਹਿਬ ਉੱਪਰ ਬਸ ਅਸੀਂ ਪਹੁੰਚਣ ਵਾਲੇ 1 ਕਿਲੋਮੀਟਰ ਕੁ ਰਹਿ ਗਿਆ ਵਾ ਅਤੇ ਕੀਰਤਨ ਦੀ ਆਵਾਜ਼ ਵੀ ਆ ਰਹੀ ਹੈ ਥੱਲੇ ਅਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਅਤੇ ਸੰਗਤਾਂ ਵੀ ਹੁਣ ਕਾਫੀ ਆਉਣ ਲੱਗ ਗਈਆਂ ਅਤੇ ਹਾਲੇ ਉੱਪਰੋਂ ਦੀ ਤਾਂ ਥੱਲੇ ਕੋਈ ਆ ਨਹੀਂ ਰਿਹਾ ਸਾਰੇ ਹਜੇ ਉੱਪਰ ਹੀ ਜਾ ਰਹੇ ਨੇ ਅਤੇ ਜਿਹੜਾ ਟਾਈਮ 8:15 ਹੋ ਗਏ ਨੇ ਸਹਿਜੇ ਸਹਿਜੇ ਜਾ ਰਹੇ ਹਾਂ
कीर्तन हो रहा, आवाज आ रही आपां नूं। कट लै आंदे ने रस्ते नूं, पर शोर्ट कट ना फिर साह बहुत चढ़ जाना। ये तो वधिया कि इसे राह ही चलो, शोर्ट कट ना लो। शोर्ट कट लैण तों बाद साह बहुत चढ़ जाता, क्योंकि शोर्ट कट बिल्कुल सिद्धा हुंदा ना, इस करके। जदों आपां पुली दे कोल पहुंच जांदे आ उदों बस थोड़ा जिहा राह रह जांदा वा, अद्धे क घंटे का ही। आपां बस पहुंचण वाले आ, पर टाइम हो गया 8:40, पर लगता नहीं गा भी देखो पानी की आवाज किन्नी है। टाइम हो गया 8:40, पर लगता नहीं गा भी पहली अरदास च शामिल होवांगे, क्योंकि 9:15 अरदास होंदी आ। अरदास का टाइम चेंज करता वा ते 12 बजे होंदी आ। एक गल होर, आ जिहड़ा राह जांदा वा पौड़ियां राही भी जांदा, पर इहदे नाल अद्धा किलोमीटर का फर्क पै जांदा नानी टाइम भी। पर यह चढ़निया बहुत ज्यादा औखिया, जे स्टैमिना हैगा बॉडी च फिर तुसीं चढ़ सकदे हो। आओ देखो उत्ते तक पौड़ियां जांदियां ने पूरियां, ते देखो पौड़ियां बहुत ने, पर मैं तो यही रिकमेंड करूँगा कि तुसीं इसे राह नूं ही जाओ, ये वधिया वा, हौली हौली चढ़ जाओगे। ये बहुत ज्यादा साह चढ़ जाता नाले, बहुत दिक्कत आती है, तो आप इसे राह नूं ही जावांगे। हालांकि वह राह थोड़ा शोर्ट कट च पैंदा वा, अपना टाइम भी बच जाता, पर बहुत औखा वा। ये चढ़ता रहे ने, वो देखो मुंडे चढ़े ने, जदी अगे जाके रोके आते हैं। आप इसे राह नूं ही जावांगे हौली हौली, कोई नहीं चाहे टाइम थोड़ा वध लग जूगा, पर यह राह ठीक है, बेस्ट है। पौड़ियां चढ़निया बहुत ज्यादा औखिया ने, क्योंकि एक तो मौसम वैसे भी ठंडा है, एक तो मौसम वैसे भी ठंडा वा, ठंडे मौसम करके की हुंदा साह चढ़िया हुंदा बहुत ज्यादा। संगत बहुत ज्यादा आ रही ने, हुण तां वापस भी आन लग गई, क्योंकि जिहड़े खच्चरा ते जा रहे ने वह मत्था टेक के वापस आई जांदे ने। हैलीपैड तैयार कर रहे ने उपर भी हेमकुट साहब नूं भी, क्योंकि हजे तक आंदा तो है नहीं गा, पर जे आंदे ने मैनूं लगता शायद गुरु ग्रंथ साहब महाराज जदों उपर लैके आंदे ने जां फिर थले लैके जाणा उदों इत्थे हैलीपैड हैलीकॉप्टर आंदा वा। पर सुनन च आ रहा वा कि इत्थे आण ते भी संगत वास्ते जिहड़ी सहूलत हैलीकॉप्टर दी शुरू कर देणियां ने, तैयारियां कर रहे ने भी सीधा गोबिंद घाट तो सीधा हेमकुट साहब नूं उपर नूं हैलीकॉप्टर आया करूगा। देख लो मतलब जिहड़ा शुरू कर देणी है, की पता अगले साल कर जांदा, उस तों अगले साल साल दो साल की पता कदों, तो अलावा एक आह चीज भी हुंदी है उपर जाण नूं। आ देखो चार बंदे हुंदे आ ते कुर्सी जी हुंदी आ, आराम नाल लत्तां लंबियां करके बह जाओ। देखो खर्चा फिर ज्यादा होंगे, क्योंकि चार बंदे लगे फिर प्राइस भी ज्यादा होंगे, बाकी खर्चा ते समान सारा उत्ते ले जाया जाता, जेड़ा उपर उन्हें प्लाई बोर्ड लेके जा रहे ने उपर, समान सारा खच्चरा ही उपर लेके जाते हैं, किवें सारा समान लद्दिया वा। देखो पौड़ियां आके अपन इत्थे तक मिल गई ने, ते मैं देख रहा वा कि ना कुछ जने पौड़ियां ही बैठे, क्योंकि बहुत औखा पौड़ियां चढ़ना उतरना। वो देखो शायद तुम दिख जाने वो बैठे, थक जाता बंदा पौड़ियां ते, खच्चर कर लिया घोड़ा कर लिया, घोड़ा करना पै गया, घोड़ा करना ही पै गया है। ओहो घोड़ा करना ही पै गया इन्हू, चलो कोई नहीं आप हौली हौली चले चलते हैं। जो भी गोबिंद धाम तो तुरो तो प्रशादा पानी छक के तुरो, इन्होंने प्रशादा छकया नहीं अपने नाल दी संगत ने, ते हुण इह औखे हो गए। एक प्रशादा थोड़ी दाल, क्योंकि ज्यादा पेट भर के भी ना चढ़ो उत्ते, आह पानी भी छक के तुरिया करो नाल, फिर ठीक रहिंदा, क्योंकि खाली पेट चढ़ते हैं तो जोर ज्यादा लगता, फिर शरीर साथ नहीं दिंदा। आपां तां हले तक ठीक हाँ महाराज की कृपा, बस पहुंचने वाली हाँ, थोड़ी देर होर है। जदों मैं 2019 च आया सी उदों मैं मई के महीने च ही आ गया सी स्टार्टिंग च, ते जिन्ना मैं राह हुण लंघ के आया, ये राह पत्थर तो मैनूं उदों दिखते भी नहीं सी, बर्फ के उत्ते उत्ते ही तुरे जाते सीगे, ते उदों वाले फौजी राह बनाते सीगे आर्मी वाले, ते उदों पा के भी मैं चप्पलें ही चढ़िया सी उत्ते, ते पैर पूरे सुन्न हो गए सी पूरे, सारे बर्फ नाल ढकिया पिया सीगा पूरा, कोई राह नहीं दिखता सीगा। हुण तां चलो है नहीं बर्फ, उस टाइम तां बर्फ ही बहुत सी, बहुत ज्यादा बर्फ सी। जदों इत्थे तक पहुंच गया सीगा इत्थे कंधां बणियां सी उत्ते उत्ते पूरियां 7-7 फुट दियां उपर नूं, सुरंगाइयां विचों जाके 7-7 फुट दियां कंधां बन जांदियां सी दुबारा। तो जी आपां हेमकुट साहिब उपर पहुंच गए, ते आपां हुण
कैनी ली है 50 रुपए की कैनी, हर एक चीज उरे महंगी हो गई है। अब है क्या हर चीज सस्ती है, नीचे तो सस्ती है यहाँ पे महंगी है। ये पानी की बोतल कितने की है? 80 की है ना। वैसे ये हैगी 20 रुपए की, 80 रुपए की। चलो चलो जी वाहेगुरु। हैं नहीं, कितने का रुमाला साहब? 300 का। ठीक है वाहेगुरु। सारा समान देखो उपर लेके आया घोड़िया ते। लो जी आप पहुंच गए जी हेमकुंट साहिब। अरदास हो गई है ते आपां नूं टाइम बज गया 10। वाहेगुरु। आ जड़ा राह पौड़ियां वाला राह है, इत्थों सारे आंदे ने पौड़ियां तो, रस्ते बहुत डिफिकल्ट और आउंदियां ना। वाहेगुरु वाहेगुरु वाहेगुरु। दस अक्तूबर नूं कपाट बंद हो जाने ने बाबा जी लोसमेंट करके कह रहे ने। जो मैं 2019 च आया सीगा उदो निशान साहब के बराबर खड़ा सी मैं, क्योंकि इन्नी ज्यादा उपर बर्फ सीगी ते हेमकुंट साहब पूरा टकया होया सी, पूरा बहुत ज्यादा। उदो इन्नी ज्यादा उचाई ते सीगा मैं, इन्नी ज्यादा उचाई ते। जोड़ा घर आप जोड़े जमा करवा दिए। सरोवर पूरा साफ, इशनान कर लिए पहला, फिर आप पूरे दर्शन दीदारे करवाने।